ਨਮਸਕਾਰ। ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਦੰਦਾਂ ਦੇ ਰੋਗਾਂ ਦੇ ਬਾਰੇ ਹੀ ਗੱਲ ਕਰਦੇ ਹਾਂ। ਬਹੁਤ ਲੋਕ ਕਹਿੰਦੇ ਆ ਕਿ ਦੰਦਾਂ ਦੀ ਪੇਨ ਹੁੰਦੀ ਰਹਿੰਦੀ ਹੈ, ਮਸੂੜੇ ਸੁੱਜ ਜਾਂਦੇ ਆ, ਦੰਦਾਂ 'ਚੋਂ ਖੂਨ ਨਿਕਲਣਾ ਸ਼ੁਰੂ ਹੁੰਦਾ ਹੈ। ਐਸੀ ਹਾਲਤ ਦੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਰੂਟੀਨ ਦੇ ਵਿੱਚ ਨਮਕ ਵਾਲੇ ਪਾਣੀ ਦੇ ਗਰਾਰੇ ਅਤੇ ਕੁਰਲੀਆਂ ਕਰੋ ਅਤੇ ਸਵੇਰ ਦੇ ਵੇਲੇ ਰੋਜ਼ ਜਿਹੜਾ ਹੈ ਨਿੰਮ ਦੀ ਦਾਤਨ ਕਰੋ। 21 ਦਿਨ ਬਾਅਦ ਤੁਹਾਡੇ ਦੰਦ ਮਜ਼ਬੂਤ ਹੋ ਜਾਣਗੇ ਅਤੇ ਦੰਦਾਂ ਦੀਆਂ ਸਾਰੀਆਂ ਬਿਮਾਰੀਆਂ ਜਾਂਦੀਆਂ ਰਹਿਣਗੀਆਂ। ਕਾਰੋਬਾਰ ਦੇ ਉੱਤੇ ਬਹੁਤ ਲੋਕ ਕਹਿੰਦੇ ਆ ਕਿ ਸੁਖਮਿੰਦਰ ਜੀ ਨਜ਼ਰ ਲੱਗ ਗਈ, ਕਿਸੇ ਨੇ ਵਪਾਰ ਬੰਦ ਤਾ। ਐਸੀ ਹਾਲਤ ਦੇ ਵਿੱਚ ਤੁਸੀਂ 11 ਸਿੱਧ ਗੋਮਤੀ ਚੱਕਰ ਸਾਡੇ ਤੋਂ ਲੈ ਜਾਓ, 3 ਲਘੂ ਨਾਰੀਅਲ ਸਿੱਧ ਕਰਵਾ ਕੇ ਲੈ ਜਾਓ, ਘਰੇ ਜਾ ਕੇ ਪੂਜਾ ਕਰੋ। ਪੂਜਾ ਤੋਂ ਬਾਅਦ ਤੁਸੀਂ ਪੀਲੇ ਕੱਪੜੇ ਦੇ ਵਿੱਚ ਬੰਨ ਕੇ ਤੁਸੀਂ ਜਿਹੜਾ ਹੈ ਉਹਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਉੱਤੇ ਤੁਸੀਂ ਲਟਕਾ ਸਕਦੇ ਹੋ, ਜਿਹਦੇ ਨਾਲ ਤੁਹਾਡੀ ਨਜ਼ਰ ਜਿਹੜੀ ਹੈਗੀ ਹੈ ਉਹ ਦੂਰ ਹੋ ਜਾਏਗੀ ਅਤੇ ਤੁਸੀਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਲੈ ਸਕਦੇ ਹੋ। ਅਤੇ ਜੇ ਤੁਹਾਡੇ ਵਪਾਰ 'ਤੇ ਨਜ਼ਰ ਲੱਗੀ ਹੈ, ਘਰ 'ਤੇ ਨਹੀਂ ਲੱਗੀ, ਤਾਂ ਵਪਾਰ ਦੇ ਸਥਲ ਦੇ ਵਿੱਚ ਤੁਸੀਂ ਇਹਨੂੰ ਟੰਗ ਸਕਦੇ ਹੋ। ਚਾਰ ਮੁਖੀ ਰੁਦਰਾਕਸ਼ ਜਿਹੜਾ ਹੈ ਪੀਲੇ ਵਰਣ ਦਾ, ਇਹਦੇ ਦਰਸ਼ਨ ਦੇ ਨਾਲ ਹੀ, ਇਹਨੂੰ ਟੱਚ ਕਰਨ ਦੇ ਨਾਲ ਹੀ ਇਨਸਾਨ ਨੂੰ ਧਰਮ, ਕਾਮ, ਮੋਕਸ਼ ਇਹਦਾ ਗਿਆਨ ਮਿਲਦਾ ਹੈ। ਵੈਸੇ ਵੀ ਸਟੂਡੈਂਟਸ ਦੇ ਲਈ ਇਹ ਬਹੁਤ ਹੀ ਵਧੀਆ ਹੁੰਦਾ, ਉਹਨਾਂ ਨੂੰ ਪੜ੍ਹਾਈ ਦੇ ਵਿੱਚ ਅੱਛਾ ਗਿਆਨ ਦਵਾਉਂਦਾ ਹੈ। ਵਾਸਤੂ ਦੀ ਗੱਲ ਕਰਦੇ ਹਾਂ, ਘਰ ਦਾ ਮੁੱਖ ਦਰਵਾਜ਼ਾ ਜੇ ਦਕਸ਼ਿਣ ਪੂਰਬ ਦੇ ਵਿੱਚ ਹੋਵੇ ਤਾਂ ਮਾਲਕ ਜਿਹੜਾ ਹੈ ਉਹ ਹਮੇਸ਼ਾ ਕਰਜ਼ਦਾਰ ਹੋ ਜਾਂਦਾ ਹੈ, ਮੁਕੱਦਮੇ ਚੱਲਦੇ ਰਹਿੰਦੇ ਆ, ਉਹਦੇ 'ਤੇ ਚੋਰੀ ਹੋ ਜਾਂਦੀ ਹੈ, ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ। ਸੋ ਐਸੀ ਹਾਲਤ ਦੇ ਵਿੱਚ ਉਹਦਾ ਵਾਸਤੂ ਦਾ ਉਪਾਅ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਰਤਨ ਪੁੱਛਦੇ ਆ ਤੁਲਾ ਲਗਨ ਵਾਲੇ ਕਿ ਅਸੀਂ ਕਿਹੜਾ ਰਤਨ ਪਾਈਏ ਜੀ। ਤੁਸੀਂ ਓਪਲ ਪਾ ਸਕਦੇ ਹੋ, ਵਧੀਆ ਮੈਕਸੀਕਨ ਫਾਇਰਿੰਗ ਓਪਲ। ਇਹਦੇ ਨਾਲ ਤੁਸੀਂ ਸਰਪੁੰਖਾਂ ਦੀ ਜੜ ਜਿਹੜੀ ਹੈਗੀ ਹੈ ਉਹਨੂੰ ਚਾਂਦੀ ਦੇ ਤਵੀਜ਼ ਦੇ ਵਿੱਚ ਮੜਵਾ ਕੇ ਦੋਨਾਂ ਨੂੰ ਜੇ ਤੁਸੀਂ ਧਾਰਨ ਕਰਦੇ ਹੋ ਤਾਂ ਬਹੁਤ ਵਧੀਆ ਰਿਜ਼ਲਟਸ ਦੇ ਸਕਦੇ ਆ। ਬੜੇ ਦਰਸ਼ਕ ਪੁੱਛਦੇ ਆ ਕਿ ਸਾਡਾ ਮੰਗਲ ਮਾੜਾ ਹੈ, ਨੀਚ ਦਾ ਹੈ, ਉਹਦੇ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ। ਪਿਆਰੇ ਦਰਸ਼ਕੋ, ਮੰਗਲ ਜਦੋਂ ਮਾੜਾ ਹੋਵੇ ਤਾਂ ਸਭ ਤੋਂ ਪਹਿਲਾਂ ਬਵਾਸੀਰ ਦੀ ਪ੍ਰੋਬਲਮ ਹੁੰਦੀ ਹੈ, ਫੋੜਿਆਂ ਦੀ, ਫਿੰਸੀਆਂ ਦੀ, ਪਿੰਪਲਸ ਦੀ ਪ੍ਰੋਬਲਮ ਹੁੰਦੀ ਹੈ, ਦਾਦ ਹੋ ਜਾਂਦੀ ਹੈ, ਖੁਜਲੀ ਹੋ ਜਾਂਦੀ ਹੈ। ਸੋ ਇਹਦੇ ਲਈ ਬੈਸਟ ਹੈਗਾ ਕਿ ਜਿਹੜੀਆਂ ਵੀ ਮੰਗਲ ਦੇ ਨਾਲ ਸੰਬੰਧਿਤ, ਕਿ ਮੰਗਲ ਜਨਮ ਕੁੰਡਲੀ ਦੇ 12 ਘਰਾਂ ਦੇ ਵਿੱਚੋਂ ਕਿੱਥੇ ਬੈਠਾ ਉਹਦੇ ਨਾਲ ਸੰਬੰਧਿਤ ਜੇ ਰੈਮਡੀਜ਼ ਕਰਦੇ ਹਾਂ ਤਾਂ ਬਹੁਤ ਵਧੀਆ ਰਿਜ਼ਲਟਸ ਮਿਲਦੇ ਆ। ਬੜੇ ਦਰਸ਼ਕ ਸਾਡੇ ਕੋਲੋਂ ਸਾਡੇ ਪ੍ਰੋਗਰਾਮ ਨੂੰ ਫਾਸਟ ਵੇ ਚੈਨਲ 'ਤੇ ਦੇਖਦੇ ਆ, ਲੇਕਿਨ ਕਈ ਵਾਰੀ ਜਦੋਂ ਹੁੰਦਾ ਕਿ ਲਾਈਟ ਨਹੀਂ ਹੁੰਦੀ ਉਹ ਦੇਖ ਨਹੀਂ ਪਾਉਂਦੇ ਅਤੇ ਉਹ ਦੇਖਣਾ ਚਾਹੁੰਦੇ ਆ ਆਪਣੇ ਐਂਡਰਾਇਡ ਫੋਨ ਦੇ ਉੱਤੇ। ਪਿਆਰੇ ਦਰਸ਼ਕੋ, ਵਟਸਐਪ 'ਤੇ ਜੇ ਤੁਸੀਂ ਸਾਡੇ ਨੰਬਰ 9876220533 ਨੂੰ ਐਡ ਕਰ ਲੈਂਦੇ ਹੋ ਤਾਂ ਸਾਡਾ ਪ੍ਰੋਗਰਾਮ ਤੁਹਾਨੂੰ ਵਟਸਐਪ ਦੇ ਉੱਤੇ ਵੀ ਰੋਜ਼ ਸਵੇਰੇ ਪਹੁੰਚਿਆ ਕਰੇਗਾ। ਸੋ ਇਸ ਤੋਂ ਇਲਾਵਾ ਤੁਸੀਂ ਸਾਨੂੰ ਫੇਸਬੁੱਕ 'ਤੇ ਵੀ ਜੁਆਇਨ ਕਰ ਸਕਦੇ ਹੋ, ਸਾਡਾ ਪੇਜ ਵੀ ਲਾਈਕ ਕਰ ਸਕਦੇ ਹੋ, ਸਾਨੂੰ ਯੂਟਿਊਬ 'ਤੇ ਵੀ ਦੇਖ ਸਕਦੇ ਹੋ। ਐਸਟ੍ਰੋਲੋਜਰ ਸੁਖਮਿੰਦਰ ਸਿੰਘ ਲੁਧਿਆਣਾ ਇੰਡੀਆ ਨਾਂ ਤੋਂ ਤੁਸੀਂ ਗੂਗਲ 'ਤੇ ਸਰਚ ਕਰਕੇ ਸਾਡੇ ਤੱਕ ਪਹੁੰਚ ਸਕਦੇ ਹੋ। ਹੁਣ ਅੱਜ ਦਾ ਰਾਸ਼ੀਫਲ। ਮੇਸ ਰਾਸ਼ੀ ਵਾਲੇ ਪੜ੍ਹਾਈ ਦੇ ਬੇਸ 'ਤੇ ਵਿਦੇਸ਼ ਜਾਣ ਦੇ ਲਈ ਅੱਜ ਬਹੁਤ ਵਧੀਆ ਅਸਰ ਬਣਦੇ ਆ। ਵਰਿਸ਼ਠ ਰਾਸ਼ੀ ਵਾਲੇ, ਕਾਰੋਬਾਰੀ ਦਿਸ਼ਾਵਾਂ ਪਹਿਲੇ ਨਾਲੋਂ ਵਧੀਆ ਹੋਣਗੀਆਂ। ਮਿਥੁਨ ਰਾਸ਼ੀ ਵਾਲੇ, ਅੱਜ ਕਰਜ਼ਾ ਚੁਕਾਉਣ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਕਰਕ ਰਾਸ਼ੀ ਵਾਲੇ, ਬਹੁਤ ਟੈਨਸ਼ਨ ਰਹੇਗੀ, ਬੜਾ ਗੁੱਸਾ ਆ ਸਕਦਾ ਹੈ, ਅੱਜ ਚਾਵਲ ਜ਼ਰੂਰ ਦਾਨ ਕਰ ਦਿਓ। ਸਿੰਘ ਰਾਸ਼ੀ ਵਾਲੇ, ਬੜਾ ਭੱਜ ਦੌੜ ਭਰਿਆ ਸਮਾਂ ਹੈ, ਲੇਕਿਨ ਅੱਜ ਫਿਰ ਵੀ ਤਕਦੀਰ ਤੁਹਾਨੂੰ ਬਹੁਤ ਕੁਛ ਦੇਣ ਵਾਲੀ ਹੈ। ਕੰਨਿਆ ਰਾਸ਼ੀ ਵਾਲੇ, ਕੋਈ ਨਜ਼ਦੀਕੀ ਮਿੱਤਰ ਧੋਖਾ ਦੇ ਸਕਦਾ ਹੈ, ਜਿਸ ਕਾਰਨ ਤੁਹਾਡਾ ਮਨ ਉਦਾਸ ਹੋ ਸਕਦਾ ਹੈ। ਸਿੰਘ ਰਾਸ਼ੀ ਵਾਲਿਆਂ ਦੇ ਲਈ ਅਸੀਂ ਪਹਿਲਾਂ ਦੱਸਤਾ, ਕੰਨਿਆ ਤੋਂ ਬਾਅਦ ਗੱਲ ਕਰਦੇ ਹਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ। ਤੁਲਾ ਰਾਸ਼ੀ ਵਾਲੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਲਈ ਜਿਹੜਾ ਹੈ ਅਚਾਨਕ ਕਿਤੋਂ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਵਰਿਸ਼ਚਿਕ ਰਾਸ਼ੀ ਵਾਲੇ, ਮਾਣ ਸਨਮਾਨ ਤੁਹਾਡਾ ਬਣਿਆ ਰਹੇਗਾ। ਤਨੂ ਰਾਸ਼ੀ ਵਾਲੇ, ਅੱਜ ਦਾ ਦਿਨ ਜਿਹੜਾ ਹੈ ਤਕਦੀਰ ਤੁਹਾਨੂੰ ਬਹੁਤ ਕੁਛ ਦੇਣ ਵਾਲੀ ਹੈ। ਫਿਰ ਗੱਲ ਕਰਦੇ ਹਾਂ ਅਸੀਂ ਮਕਰ ਰਾਸ਼ੀ ਵਾਲਿਆਂ ਦੀ। ਮਕਰ ਰਾਸ਼ੀ ਵਾਲਿਆਂ ਦਾ ਖਰਚਾ ਜ਼ਿਆਦਾ ਹੋਣ ਦੇ ਨਾਲ ਤੁਹਾਡਾ ਬਜਟ ਇਮਬੈਲੈਂਸ ਹੋ ਜਾਏਗਾ।
ਕੁੰਭ ਰਾਸ਼ੀ ਵਾਲੇ ਕੋਰਟ ਕਚਹਿਰੀ ਦੇ ਮਾਮਲਿਆਂ 'ਚ ਜਿੱਤ ਸਕਦੇ ਆ ਅਤੇ ਮੀਨ ਰਾਸ਼ੀ ਵਾਲਿਆਂ ਦੇ ਮਾਤਾ ਜੀ ਦੇ ਨਾਲ ਅੱਜ ਥੋੜ੍ਹੀ ਅਣਬਣ ਹੋ ਸਕਦੀ ਹੈ। ਕੋਸ਼ਿਸ਼ ਕਰਿਓ ਕਿ ਉਹਨਾਂ ਦਾ ਅਪਮਾਨ ਨਾ ਹੋਵੇ। ਸੋ ਬੜੇ ਦਰਸ਼ਕ ਪੁੱਛਦੇ ਆ ਕਿ ਸੁਖਵਿੰਦਰ ਜੀ, ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਹਾਂ, ਜਾਂ ਨਕਸ਼ਾ ਚੈੱਕ ਕਰਵਾਉਣਾ ਚਾਹੁੰਦੇ ਹਾਂ, ਜਾਂ ਰੇਕੀ ਦੀ ਪੋਜ਼ਿਟਿਵ ਐਨਰਜੀ ਲੈਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਟਾਈਮ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤਿਸ਼ੀ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 94-170-2533 ਅਤੇ 98-760-2533। ਪਿਆਰੇ ਦਰਸ਼ਕੋ, ਕੱਲ੍ਹ ਫਿਰ ਮਿਲਾਂਗੇ, ਲੇਕਿਨ ਜਾਣ ਤੋਂ ਪਹਿਲਾਂ ਇਹ ਦੱਸ ਦਈਏ ਕਿ ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜੀ ਨੇ ਦੱਸੇ ਹੋਏ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਤੁਹਾਡੀ ਬਹੁਤ ਵਧੀਆ ਹੋ ਜਾਊਗੀ, ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ, ਨਸ਼ਿਆਂ ਤੋਂ ਪਰਹੇਜ਼ ਕਰਿਓ, ਦਸਵੰਧ ਕੱਢ ਕੇ ਨੇਕ ਕੰਮਾਂ 'ਚ ਜ਼ਰੂਰ ਲਗਾਉਂਦੇ ਰਹੀਓ। ਜੋਤਿਸ਼ ਇੱਕ ਕੈਲਕੂਲੇਟਡ ਸਾਇੰਸ ਹੈ, ਜੋਤਿਸ਼ ਦੇ ਨਾਂ 'ਤੇ ਵਹਿਮਾਂ ਭਰਮਾਂ 'ਚ ਬਿਲਕੁਲ ਨਾ ਪਈਓ, ਤੁਹਾਡੇ ਸਿਤਾਰੇ ਬਹੁਤ ਵਧੀਆ ਹੋਣਗੇ, ਐਸੀ ਅਸੀਂ ਆਸ ਕਰਦੇ ਹਾਂ। ਕੱਲ੍ਹ ਫਿਰ ਮਿਲਦੇ ਹਾਂ, ਨਮਸਕਾਰ।